ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਬਲਵੀਰ ਸਿੰਘ। ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਪੰਜਾਬ ਦੇ ਵਿੱਚ ਯੂਨੀਕ ਨਵਾਂ ਇਨੀਸ਼ੀਏਟਿਵ ਲਿਆ ਸੀ ਇੱਕ ਆਮ ਆਦਮੀ ਕਲੀਨਿਕ ਦਾ, ਅਤੇ ਉਹਦੇ ਵਿੱਚ 800 ਜਿਹੜੇ 42 ਆਮ ਆਦਮੀ ਕਲੀਨਿਕ ਬਣੇ ਆ, ਅਤੇ ਉਹਨਾਂ ਨੇ ਇੱਕ ਨਵਾਂ ਜਿਹੜਾ ਹੈਗਾ ਰਿਕਾਰਡ ਸੈੱਟ ਕੀਤਾ ਵੀ 9 ਸਤੰਬਰ ਨੂੰ 2 ਕਰੋੜ ਜਿਹੜੇ ਪੇਸ਼ੈਂਟਸ ਆ ਉੱਥੋਂ ਦਵਾਈ ਲੈ ਚੁੱਕੇ ਆ, ਜਿਹਦੇ 'ਚੋਂ 90 ਲੱਖ ਜਿਹੜੇ ਹੈਗੇ ਆ, ਜਿਹਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਹਾਂ, ਵੀ 90 ਲੱਖ ਪੇਸ਼ੈਂਟਸ ਉੱਥੇ ਆਏ। ਜਿਹੜੇ 1 ਕਰੋੜ 10 ਲੱਖ ਪੇਸ਼ੈਂਟ ਆ, ਉਹਨਾਂ ਨੇ ਕਿਸੇ ਨੇ 2 ਵਾਰੀ ਲਵਾਈ, 3 ਵਾਰੀ ਲਵਾਈ, ਜਿਹਨੂੰ ਰੀਵਿਜ਼ਿਟਸ ਕਹਿੰਦੇ ਆ, ਉਹ ਹੈਗੀ ਆ। ਅਤੇ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ 55% ਔਰਤਾਂ ਹੈ ਦਵਾਈ ਲੈਣ ਵਾਲੀਆਂ, ਜਿਹੜੀ ਕਿ ਪਹਿਲਾਂ ਔਰਤਾਂ ਵਾਸਤੇ ਬੈਰੀਅਰ ਬਹੁਤ ਹੁੰਦੇ ਆ। ਜੇ ਆਪਾਂ ਮੈਂ ਜਨਰਲ ਮੈਡੀਕਲ ਕੇਅਰ ਦੀ ਗੱਲ ਕਰਾਂ ਤਾਂ ਉਹਨਾਂ ਦਾ ਨੰਬਰ 15-20-25% ਹੈ, ਇਸ ਤੋਂ ਜ਼ਿਆਦਾ ਨਹੀਂ ਹੈ, ਕਿਉਂਕਿ ਜਿਹੜੇ ਬੰਦੇ ਹੁੰਦੇ ਆ ਜਾ ਕੇ ਦਵਾਈ ਲਿਆਉਂਦੇ ਆ, ਔਰਤਾਂ ਵਿਚਾਰੀਆਂ ਸਫ਼ਰ ਕਰੀ ਜਾਂਦੀਆਂ। ਸੋ ਇਹਦੇ ਵਿੱਚ ਦਵਾਈ ਲੈਣ ਵਾਲੀਆਂ ਔਰਤਾਂ ਜ਼ਿਆਦਾ, ਬਜ਼ੁਰਗਾਂ ਦਾ 19% ਤਕਰੀਬਨ 20% ਹੈ ਜੀ, ਬੱਚੇ ਵੀ 11% ਹੈ। ਸੋ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ, ਜਿਹੜੇ ਆਊਟ ਆਫ ਪੋਕਟ ਐਕਸਪੈਂਸਿਸ ਹੈ ਇਹਦੇ ਨਾਲ, ਪਲੱਸ ਜਿਹੜਾ ਸਾਡਾ ਫ੍ਰੀ ਮੈਡੀਸਨ ਇਨੀਸ਼ੀਏਟਿਵ ਹੈ, ਲੋਕਾਂ ਦਾ ਘੱਟੋ ਘੱਟ ਵੀ ਪੰਜਾਬ ਦੇ ਲੋਕਾਂ ਦਾ 1,000 ਕਰੋੜ ਰੁਪਈਆ ਆਊਟ ਆਫ ਪੋਕਟ ਐਕਸਪੈਂਸਿਸ, ਉਹਦਾ ਲੋਕਾਂ ਨੂੰ ਫਾਇਦਾ ਹੋਇਆ। ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ, ਔਰ ਤੁਹਾਡਾ ਉਹਨਾਂ ਨਾਲ ਵਾਅਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਰ ਆਮ ਆਦਮੀ ਕਲੀਨਿਕ ਖੋਲ੍ਹ ਕੇ, ਹੋਰ ਵਧੀਆ ਇਨੀਸ਼ੀਏਟਿਵ ਲੈ ਕੇ, ਹਸਪਤਾਲ ਨੂੰ ਅਪਗ੍ਰੇਡ ਕਰਕੇ, ਐਮਰਜੈਂਸੀ ਸਰਵਿਸ ਸ਼ੁਰੂ ਕਰਕੇ, ਹੋਰ ਵੀ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ। ਡਾਕਟਰ ਰਿਕਰੂਟ ਕਰ ਰਹੇ ਹਾਂ, ਸਟਾਫ ਰਿਕਰੂਟ ਕਰ ਰਹੇ ਹਾਂ, ਲੋਕਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਗਈਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਬਲਵੀਰ ਸਿੰਘ। ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਪੰਜਾਬ ਦੇ ਵਿੱਚ ਯੂਨੀਕ ਨਵਾਂ ਇਨੀਸ਼ੀਏਟਿਵ ਲਿਆ ਸੀ ਇੱਕ ਆਮ ਆਦਮੀ ਕਲੀਨਿਕ ਦਾ, ਅਤੇ ਉਹਦੇ ਵਿੱਚ 800 ਜਿਹੜੇ 45 ਆਮ ਆਦਮੀ ਕਲੀਨਿਕ ਬਣੇ ਆ, ਅਤੇ ਉਹਨਾਂ ਨੇ ਇੱਕ ਨਵਾਂ ਜਿਹੜਾ ਹੈਗਾ ਰਿਕਾਰਡ ਸੈੱਟ ਕੀਤਾ ਵੀ 9 ਸਤੰਬਰ ਨੂੰ 2 ਕਰੋੜ ਜਿਹੜੇ ਪੇਸ਼ੈਂਟਸ ਆ ਉੱਥੋਂ ਦਵਾਈ ਲੈ ਚੁੱਕੇ ਆ, ਜਿਹਦੇ 'ਚੋਂ 90 ਲੱਖ ਜਿਹੜੇ ਹੈਗੇ ਆ, ਜਿਹਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਹਾਂ, ਵੀ 90 ਲੱਖ ਪੇਸ਼ੈਂਟਸ ਉੱਥੇ ਆਏ। ਜਿਹੜੇ 1 ਕਰੋੜ 10 ਲੱਖ ਪੇਸ਼ੈਂਟ ਆ, ਉਹਨਾਂ ਨੇ ਕਿਸੇ ਨੇ 2 ਵਾਰੀ ਲਵਾਈ, 3 ਵਾਰੀ ਲਵਾਈ, ਜਿਹਨੂੰ ਰੀਵਿਜ਼ਿਟਸ ਕਹਿੰਦੇ ਆ, ਉਹ ਹੈਗੀ ਆ। ਅਤੇ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ 55% ਔਰਤਾਂ ਹੈ ਦਵਾਈ ਲੈਣ ਵਾਲੀਆਂ, ਜਿਹੜੀ ਕਿ ਪਹਿਲਾਂ ਔਰਤਾਂ ਵਾਸਤੇ ਬੈਰੀਅਰ ਬਹੁਤ ਹੁੰਦੇ ਆ। ਜੇ ਆਪਾਂ ਮੈਂ ਜਨਰਲ ਮੈਡੀਕਲ ਕੇਅਰ ਦੀ ਗੱਲ ਕਰਾਂ ਤਾਂ ਉਹਨਾਂ ਦਾ ਨੰਬਰ 15-20-25% ਹੈ, ਇਸ ਤੋਂ ਜ਼ਿਆਦਾ ਨਹੀਂ ਹੈ, ਕਿਉਂਕਿ ਜਿਹੜੇ ਬੰਦੇ ਹੁੰਦੇ ਆ ਜਾ ਕੇ ਦਵਾਈ ਲਿਆਉਂਦੇ ਆ, ਔਰਤਾਂ ਵਿਚਾਰੀਆਂ ਸਫ਼ਰ ਕਰੀ ਜਾਂਦੀਆਂ। ਸੋ ਇਹਦੇ ਵਿੱਚ ਦਵਾਈ ਲੈਣ ਵਾਲੀਆਂ ਔਰਤਾਂ ਜ਼ਿਆਦਾ, ਬਜ਼ੁਰਗਾਂ ਦਾ 19% ਤਕਰੀਬਨ 20% ਹੈ ਜੀ, ਬੱਚੇ ਵੀ 11% ਹੈ। ਸੋ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ, ਜਿਹੜੇ ਆਊਟ ਆਫ ਪੋਕਟ ਐਕਸਪੈਂਸਿਸ ਹੈ ਇਹਦੇ ਨਾਲ, ਪਲੱਸ ਜਿਹੜਾ ਸਾਡਾ ਫ੍ਰੀ ਮੈਡੀਸਨ ਇਨੀਸ਼ੀਏਟਿਵ ਹੈ, ਲੋਕਾਂ ਦਾ ਘੱਟੋ ਘੱਟ ਵੀ ਪੰਜਾਬ ਦੇ ਲੋਕਾਂ ਦਾ 1,000 ਕਰੋੜ ਰੁਪਈਆ ਆਊਟ ਆਫ ਪੋਕਟ ਐਕਸਪੈਂਸਿਸ, ਉਹਦਾ ਲੋਕਾਂ ਨੂੰ ਫਾਇਦਾ ਹੋਇਆ। ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ, ਔਰ ਤੁਹਾਡਾ ਉਹਨਾਂ ਨਾਲ ਵਾਅਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਰ ਆਮ ਆਦਮੀ ਕਲੀਨਿਕ ਖੋਲ੍ਹ ਕੇ, ਹੋਰ ਵਧੀਆ ਇਨੀਸ਼ੀਏਟਿਵ ਲੈ ਕੇ, ਹਸਪਤਾਲ ਨੂੰ ਅਪਗ੍ਰੇਡ ਕਰਕੇ, ਐਮਰਜੈਂਸੀ ਸਰਵਿਸ ਸ਼ੁਰੂ ਕਰਕੇ, ਹੋਰ ਵੀ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ। ਡਾਕਟਰ ਰਿਕਰੂਟ ਕਰ ਰਹੇ ਹਾਂ, ਸਟਾਫ ਰਿਕਰੂਟ ਕਰ ਰਹੇ ਹਾਂ, ਲੋਕਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਗਈਆਂ। ਬਹੁਤ ਬਹੁਤ ਧੰਨਵਾਦ ਜੀ।